ਮੈਂ ਕਿਹਾ ਵੇਖਣ ਡਿਆ ਉਹਦਾ ਮੂੰਹ ਤੋਂ, ਸਾਰੀਆਂ ਅੱਖਾਂ ਤੋਂ, ਸਾਰਾ ਨੋਟ ਕਰਨ ਡਿਆ ਉਹ ਭਾਵੇਂ ਦਿਖਾਣਾ ਟੰਬੇ ਚੜਦਾ ਇੱਕ 106.5 ਯਾਨੀ ਕਿ 107 ਤੇ ਬੁਖਾਰ ਹੈ ਸਰ ਜੀ। ਇੰਨਾ ਜਿਹੜਾ ਜ਼ਿਆਦਾ ਬੁਖਾਰ ਹੈ ਨਾ, ਜਾਂ ਤਾਂ ਫੇਫੜਿਆਂ ਦੀ ਇਨਫੈਕਸ਼ਨ ਦੀ ਨਿਸ਼ਾਨਦੇਹੀ ਕਰ ਰਿਹਾ, ਜਾਂ ਡੰਗਰ ਦੇ ਫੇਫੜਿਆਂ ਦਾ ਗਲਘੋਟੂ ਜਾਂ ਗਲੇ ਦੇ ਗਲਘੋਟੂ ਦੀ ਸਟਾਰਟਿੰਗ ਅਲਾਮਤ ਹੁੰਦੀ। ਹਾਲਾਂਕਿ ਕੋਈ ਗਲੇ ਦੀ ਸੋਜਿਸ਼ ਇਹਨੂੰ ਨਹੀਂ ਹੈ, ਹਾਲਾਂਕਿ ਇਹਨੂੰ ਕੋਈ ਕਿਸੇ ਕਿਸਮ ਦਾ ਜਾਂ ਕੋਈ ਜ਼ਬਾਨ 'ਤੇ ਮੁੱਝ ਚੀਗਾਂ ਜਾਂ ਰਾਲ ਨਹੀਂ ਚੱਲੀ, ਕਿਉਂਕਿ ਅਸੀਂ ਫੌਰਨ ਤੌਰ 'ਤੇ ਤੁਹਾਨੂੰ ਵੇਖ ਲਿਆ। ਇਸ ਲਈ ਕਰਕੇ ਸਾਨੂੰ ਇਹ ਚਾਹੀਦਾ ਕਿ ਇਹਨੂੰ ਅੱਛਾ ਐਂਟੀਬਾਇਓਟਿਕ ਲਾ ਕੇ ਇੱਥੇ ਕਵਰ ਕਰ ਲਈਏ, ਕਿਉਂਕਿ ਜੇ ਸਾਰੀਆਂ ਅਲਾਮਤਾਂ ਜਿਹੜੀਆਂ ਨਹੀਂ ਹੁੰਦੀਆਂ, ਬਾਕੀ ਸਾਰੀਆਂ ਕਲੀਅਰ ਨੇ। ਮੈਂ ਅਸਲ ਜੇ ਦੇਖਣਾ ਚਾਹੁੰਦਾ ਵੀ ਬੁਖਾਰ ਇਹਨੂੰ ਅੱਜ ਦਾ ਜਾਂ ਕੱਲ ਦਾ, ਕਿਦਨ ਦਾ ਨਹੀਂ ਖਾ ਰਿਹਾ। 4 ਦਿਨ ਹੋ ਗਏ ਨੇ ਨਹੀਂ ਖਾ ਰਿਹਾ। ਫਿਰ ਇਹ ਭਲਵਾਨ ਸਾਹਿਬ ਇਸ ਤਰ੍ਹਾਂ ਹੀ ਫਿਰ ਨਾ ਕੱਟਣ ਪਹਿਲਾਂ ਮੱਠਾ ਮੱਠਾ ਗੰਮ ਲਗਾ ਜੀ। ਆਹੋ ਝੋਟਾ ਜਾਣ ਚ ਸੀ ਤੇ ਨਹੀਂ ਇਹਨਾਂ ਚੱਲ। ਹੁਣ ਇਸ ਟਾਈਮ ਤੁਸੀਂ ਦੱਸਿਆ ਨਾ ਝਟਕੇ ਮਾਰਦਾ ਰਿਹਾ। ਅੱਛਾ ਸਾਹ ਵੀ ਖਿੱਚਦਾ ਸੀ ਕਿ ਬਸ? ਨਹੀਂ ਨਹੀਂ, ਐਂ ਬਸ ਜਿਵੇਂ ਇੱਕ ਬੱਚੇ ਨੂੰ ਨਹੀਂ ਬੁਖਾਰ ਤੇਜ਼ ਹੋ ਜਾਂਦਾ ਤੇ ਝਟਕੇ ਲੱਗਦੇ ਆਂ ਆਂ ਆਂ। ਨਾਲੇ ਹੋਗਦਾ ਸਾਹ ਵੀ ਹੋਗਦਾ ਸੀ ਕਿ ਨਹੀਂ? ਆਂ 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 ਕਰਦਾ ਸੀ। ਕਿਸ ਤਰ੍ਹਾਂ ਕਰਦਾ ਸੀ? ਹੁਣ ਸਾਰੀ ਫਿਲਮ ਸਾਡੀ ਵੀ ਬਣਾਓ ਨਾਲ। ਜੇ ਸੋਲੋਮਨ ਅੰਬ ਲਗਾ ਰਹੇ ਇਸ ਕੋ 10 cc ਔਰ ਜੇ ਡਾਇਰੈਕਟ ਕੰਮ ਲਗਾ ਰਹੇ ਇਸ ਕੋ 10 cc ਜੇ ਸਿਫਰ ਹੈ ਹਮਾਰੇ ਪਾਸ ਜੀ ਹਮ 10 cc ਲਗਾ ਰਹੇ ਔਰ ਪੇਨ ਕਿਲਰ ਕੇ ਤੌਰ ਪਰ ਹਮ ਲਗਾ ਰਹੇ ਬਲੋਕਸੀਕਮ 20 ml।